ਨਮਸਕਾਰ ਕਬਰਾਂ ਦੇ ਸਪੀਲਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਦਰਨਜੀਤ ਕੋਇਲ ਲੰਬੀਛ ਨੇ ਚੋਣ ਮੀਆਂ ਘਬਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਹਰ ਬਜਟ ਵਿੱਚ ਗਰੀਬਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਗਈ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰاج ਸਿੰਘ ਠਾਕੁਰ ਅਨੁਸਾਰ ਪੀਆਈਬੀਟੀ ਦੀ ਫੈਕਟ ਚੈੱਕ ਯੂਨਿਟ ਨੇ ਹਾਲੀ ਤੱਕ 1100 ਤੋਂ ਵੱਧ ਫਰਜ਼ੀ ਖਬਰਾਂ ਸੰਬੰਧੀ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਆਰਤੀਜੰਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਸਰਕਾਰ ਤੇ ਕੇਂਦਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਨਾ ਪਹੁੰਚਾਉਣ ਦਾ ਲਾਇਆ ਦੋਸ਼। 69ਵੀਂ ਇੰਟਰ ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਜਲੰਧਰ ਕੈਂਟ ਦੇ ਕਟੋਟ ਸਟੇਡੀਅਮ ਵਿੱਚ ਹੋਈ ਸ਼ੁਰੂ ਤੇ ਹੁਣ ਖਬਰਾਂ ਦੇ ਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦੇ ਹਰ ਬਜਟ ਵਿੱਚ ਗਰੀਬਾਂ ਦੇ ਹਿੱਤ ਨੂੰ ਪਹਿਲ ਦਿੱਤੀ ਗਈਗੇ ਨਵੀਂ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਸੰਸਦਾਲਦੀ ਅੱਜ ਹੋਈ ਇੱਕ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰੀ ਬਜਟ 2023-24 ਵਿੱਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ ਮਗਰੂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸੀ ਮਾਮਲੇ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਂਦਰੀ ਬਜਟ ਗਰੀਬਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦਾ ਗਿਆ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਸਾਂਸਦਾਂ ਤੋਂ ਆਪਣੇ ਚੋਣ ਹਲਕਿਆਂ ਵਿੱਚ ਗਰੀਬਾਂ ਤੇ ਮੱਤਵਰਗ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਅਤੇ ਉਹਨਾਂ ਨੂੰ ਬਜਟ ਦੇ ਲਾਭਾਂ ਬਾਰੇ ਜਾਣੂ ਕਰਵਾਉਣ ਲਈ ਆਖਿਆ प्रहलाद जोशी ने यह भी दसिया कि प्रधानमंत्री ने कहा कि जो भी बजट पेश किया जाता है तो कुछ लोग इसका विरोध करते हैं पर इस बार भारतीय जनता पार्टी की विचारधारा के विरोधी लोगों ने भी बजट का स्वागत किया है बजट हम प्रेजेंट करते हैं कुछ लोग तो विरोध करने वाले तो रहता ही रहता है लेकिन इस बार लगभग जो तो नॉर्मली भारतीय जनता पार्टी के विचार के खिलाफ है वो लोग भी बजट का स्वागत किया है ए उल्लेख पहलनाथ जोशी ने कहा कि जी20 दिया हो रही मीटिंग मीटिंगों तो बाद विदेशी मेहमान की प्रतिक्रिया चंगी है और सारी व्यवस्था को मेहमान तसल्ली का इजहार कर रहे ने जी20 अभी तक 20 बैठकें हो चुके हैं जो विदेश से मेहमान आए हुए हैं उनको भी लगा है कि जी ट्वेंटी भारत में आयोजित बहुत व्यवस्थित रूप से किया है और भारत का जो एक आशा किरण करके उभर रहा है दुनिया में उसके बारे में भी बहुत लोग बहुत जो मेहमान आए हुए उन्होंने भारत का आज के परफॉर्मेंस देखे हर्ष व्यक्त किया है और हमारा जो ऑर्गेनाइजिंग अच्छी तरह से ऑर्गेनाइज किया है उसके बारे में भी हर्ष व्यक्त किया है ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸਮਾਵੇਸ਼ੀ ਕੇਂਦਰੀ ਬਜਟ ਲਈ ਸਨਮਾਨਿਤ ਕੀਤਾ। ਸੂਖਮ ਛੋਟੀਆਂ ਅਤੇ ਦਰਮਿਆਨੀਆਂ ਸਨਤਾਂ ਨੂੰ ਇੱਕ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਮੰਤਰਾਲਿਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਬੋਲੀਆਂ ਨਾਲ ਸੰਬੰਧਿਤ ਜ਼ਮਾਨਤ ਤੇ ਨੁਕਸਾਨ ਲਈ ਜ਼ਬਤ ਕੀਤੀ ਗਈ ਰਕਮ ਵਾਪਸ ਕਰਨ। ਵਿੱਤ ਮੰਤਰਾਲਾ ਵੱਲੋਂ ਇਹ ਹੁਕਮ ਵਿੱਤ ਮੰਤਰੀ ਦੇ ਬਜਟ ਪਾਸ਼ੰਦ 2023-24 ਵਿੱਚ ਵਿਵਾਦ ਸੇ ਵਿਸ਼ਵਾਸ 1 ਯੋਜਨਾ ਦੇ ਐਲਾਨ ਮਗਰੋਂ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਇਸ ਨਾਲ ਸੂਖਮ ਛੋਟੀਆਂ ਅਤੇ ਦਰਮਿਆਨੀਆਂ ਸੰਤਾਂ ਨੂੰ ਰਾਹਤ ਮਿਲੇਗੀ ਮੰਤralਾ ਨੇ ਇਹ ਵੀ ਕਿਹਾ ਹੈ ਕਿ ਵਾਪਸ ਕੀਤੀ ਜਾਣ ਵਾਲੀ ਰਕਮ ਤੇ ਵਿਆਜ ਨਹੀਂ ਦਿੱਤਾ ਜਾਵੇਗਾ ਕੇਂਜੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪੱਤਰ ਸੂਚਨਾ ਦਫਤਰ ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ ਹਾਲੇ ਤੱਕ 1100 ਤੋਂ ਵੱਧ ਫਰਜ਼ੀ ਖਬਰਾਂ ਸੰਬੰਧਿਤ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ ਲੋਕ ਸਭਾ ਵਿੱਚ ਸਾਜੀ ਲਿਖਤ ਜਵਾਬ ਵਿੱਚ ਉਹਨਾਂ ਇਹ ਜਾਣਕਾਰੀ ਦਿੱਤੀ ਅਨਵਕ ਸਿੰਘ ਠਾਕੁਰ ਨੇ ਕਿਹਾ ਕਿ ਪੱਤਰ ਸੂਚਨਾ ਦਫ਼ਤਰ ਨੂੰ ਹਾਲੇ ਤੱਕ 37000 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਨੇ ਉਹਨਾਂ ਕਿਹਾ ਕਿ ਸਰਕਾਰ ਕੋਲ ਗੁੰਮਰਾਹ ਕਰਨ ਵਾਲੀਆਂ ਖਬਰਾਂ ਨੂੰ ਰੋਕਣ ਲਈ ਕਾਨੂੰਨੀ ਅਤੇ ਸੰਸਥਾਗਤ ਤਰੀਕੇ ਨੇ ਅਨਵਕ ਸਿੰਘ ਠਾਕੁਰ ਨੇ ਕਿਹਾ ਕਿ ਸਰਕਾਰ ਅਤੇ ਪ੍ਰੈਸ ਕੌਂਸਲ ਨੇ ਨਿਯਮਾਂ ਦੀ ਉਲੰਘਣਾ ਕਰਨ ਤੇ ਟੁਕਵੀਂ ਕਾਰਵਾਈ ਕੀਤੀ ਹੈ ਕੇਂਦਰ ਸਰਕਾਰ ਨੇ ਦਲਿਤ ਇਸਾਈਆਂ ਤੇ ਮੁਸਲਮ ਵਿਅਕਤੀਆਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦੇਣ ਦੀਆਂ ਸੰਭਾਵਨਾਵਾਂ ਲੱਭਣ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਹੈ। ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾਕਟਰ ਵਿਰਿੰਦਰ ਕੁਮਾਰ ਨੇ ਲੋਕ ਸਭਾ ਵਿੱਚ ਅੱਜ ਲਿਖਤ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਗਠਨ ਪਿਛਲੇ ਵਰੇ 1 ਅਕਤੂਬਰ ਵਿੱਚ ਕੀਤਾ ਗਿਆ ਸੀ। ਡਾਕਟਰ ਵਿਰਿੰਦਰ ਕੁਮਾਰ ਨੇ ਦੱਸਿਆ ਕਿ ਕਮਿਸ਼ਨ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੂੰ ਹਰ ਜ਼ਰੂਰੀ ਸਕਤਰਿਤ ਮਦਦ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਰਦਾਰ ਤਰੀਕੇ ਨਾਲ ਕੰਮ ਕਰਨ ਵਾਸਤੇ ਕਮਿਸ਼ਨ ਨੂੰ ਸਾਰੀਆਂ ਸਹੂਲਤਾਂ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਨਵੀਂ ਹੱਜ ਨੀਤੀ ਅਧੀਨ ਪਹਿਲੀ ਵਾਰ ਹੱਜ ਪੈਕੇਜ ਦੀ ਲਾਗਤ ਵਿੱਚ 50000 ਰੁਪਏ ਦੀ ਕਮੀ ਕੀਤੀ ਗਈ ਹੈ। ਕਟਗਿੰਤੀ ਮਾਮਿਆਵਾਰੀ ਮੰਤਰਾਲਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਨਵੀਂ ਹੱਜ ਨੀਤੀ ਨਾਲ ਹੱਜ ਤੇ ਜਾਣ ਵਾਲਿਆਂ ਨੂੰ ਵਿੱਤੀ ਰਾਹਤ ਮਿਲੇਗੀ। ਮੰਤਰਾਲਾ ਮੁਤਾਬਕ ਨਵੀਂ ਨੀਤੀ ਅਧੀਨ ਹਾਜ ਯਾਤਰੀਆਂ ਤੋਂ ਕੋਈ ਅਰਜ਼ੀ ਫੀਸ ਨਹੀਂ ਲਈ ਜਾਵੇਗੀ ਅਤੇ ਔਰਤਾਂ, ਬੱਚਿਆਂ, ਦਿਵਿਆਂਗਜਨਾਂ ਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਪਾਤੀ ਜਨਤਾ ਪਾਰਟੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਹਲਕੇ ਵਿੱਚ ਦਰਿਆ ਤੋਂ ਪਾਰ ਪੈਂਦੇ ਪਿੰਡ ਪਰਿਆਲ ਵਿਖੇ ਅੱਜ ਜ਼ਿਲ੍ਹਾ ਕਾਰਜਕਾਰੀ ਦੀ ਮੀਟਿੰਗ ਦਾ ਆਯੋਜਨ ਕੀਤਾ। ਜ਼ਿਲ੍ਹਾ ਪ੍ਰਧਾਨ ਸ਼ਿਵ 베ਰ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਖਾਸ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਜ਼ਿਲ੍ਹਾ ਕਾਰਜਕਾਰੀ ਦੀ ਮੀਟਿੰਗ ਕਰਨ ਦਾ ਮਕਸਦ ਦਰਿਆ ਤੋਂ ਪਾਰ ਰਹਿੰਦੇ ਪਿੰਡਾਂ ਦੇ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਸਕੀਮਾਂ ਸੰਬੰਧੀ ਜਾਣੂ ਕਰਵਾਉਣਾ ਰਿਹਾ। ਉਨਾ ਕਿਹਾ ਕਿ ਲੋਕਾਂ ਨੂੰ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਹੈ ਅਤੇ ਇਸ ਬਾਰੇ ਰਿਪੋਰਟ ਤਿਆਰ ਕਰਕੇ ਪਾਲ ਸਰਕਾਰ ਨੂੰ ਭੇਜੀ ਜਾਵੇਗੀ ਅਸ਼ਵਨੀ ਸ਼ਰਮਾ ਨੇ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਦੇਸ਼ ਦੇ ਲੋਕ ਉਹਨਾਂ ਦੇ ਮੋਢੇ ਨਾਲ ਮੋਟਾ ਮਿਲਾ ਕੇ ਖੜੇ ਨੇ ਵਰਕਿੰਗ ਕਮੇਟੀ ਜ਼ਿਲ੍ਹੇ ਦੀ ਇੱਥੇ ਹੋਣਾ ਇਹ ਬਾਰਡਰ ਦੇ ਉੱਪਰ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਮੋਦੀ ਜੀ ਦੀ ਸੰਵੇਦਨਸ਼ੀਲਤਾ ਦੱਸਦਾ ਹੈ ਔਰ ਇਹਦੇ ਅੰਦਰ ਕੱਲੀ ਵਰਕਿੰਗ ਕਮੇਟੀ ਨਹੀਂ ਇੱਥੇ ਆ ਕੇ ਇਥੋਂ ਦਾ ਸੜਕ ਕਨੈਕਟੀਵਿਟੀ ਕਿੱਦਾਂ ਦੀ ਹੈ ਹੈਲਥ ਦੀ ਕੀ ਹਾਲਤ ਹੈ ਆਪਣਾ ਸਿੱਖਿਆ ਦੀ ਕੀ ਹਾਲਤ ਹੈ ਇਹਦੀ ਜਾਣਕਾਰੀ ਮਿਲਦੀ ਹੈ ਔਰ ਕੇਂਦਰ ਦੀਆਂ ਜਿਹੜੀਆਂ ਸੁਵਿਧਾਵਾਂ ਇਥੋਂ ਤੱਕ ਆ ਰਹੀਆਂ ਜਾਂ ਨਹੀਂ ਆ ਰਹੀਆਂ ਉਹਦਾ ਵੀ ਡਾਟਾ ਪਾਰਟੀ ਇਕੱਠਾ ਕਰਕੇ ਕੇਂਦਰ ਨੂੰ ਭੇਜਣ ਵਾਲੀ ਹੈ ਔਰ ਤਾਂ ਕਿ ਇਹ ਉਹ ਲੋਕ ਨੇ ਜੇ ਇਹ ਵੀ ਇਥੋਂ ਦੀ ਜਾ ਕੇ ਕਿਤੇ ਹੋਰ रह ਸਕਦੇ ਸ਼ਹਿਰਾਂ 'ਚ ਲੇਕਿਨ ਇਹ ਆਪਣੀ ਮਾਤਰੀ ਭੂਮੀ ਨਾਲ ਲੱਣਾ ਪਿਆਰ ਕਰਦੇ ਨੇ ਕਿ ਬਾਰਡਰ ਤੇ ਬੈਠ ਕੇ ਅਸੁਬਿਧਾਵਾਂ ਲੈ ਕੇ ਵੀ ਇਹ ਇੱਥੇ ਰਾਖੀ ਕਰਦੇ ਨੇ ਅਸੀਂ ਇੱਕ ਇਹ ਸੰਦੇਸ਼ ਵੀ ਦੇਣ ਆਏ ਆ ਕਿ ਬਾਰਡਰ ਤੇ ਭਾਵੇਂ ਤੁਸੀਂ ਬੈਠੇ ਹੋ ਪਰ ਪੂਰੇ ਦਾ ਪੂਰਾ ਦੇਸ਼ ਤੁਹਾਡੇ ਨਾਲ ਹੈ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਇੰਚਾਰਜ ਕੇਡੀ ਪੰਡਾਰੀ ਸਮੇਤ ਹੋਰ ਪਾਰਟੀ ਵਰਕਰ ਤੇ ਔਦੇਦਾਰ ਵੀ ਇਸ ਮੀਟਿੰਗ ਵਿੱਚ ਮੌਜੂਦ ਰਹੇ ਕម្មਿਕਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਸਾਬਕਾ ਆਈਏਐਸ ਅਧਿਕਾਰੀ ਡਾਕਟਰ ਜਗਮੁਹਨ ਸਿੰਘ ਰਾਜੂ ਨੇ ਕੇਂਦਰੀ ਬਜਟ ਨੂੰ ਸਾਰੇ ਵਰਗਾਂ ਲਈ ਲਾਹੇਵੰਦ ਦੱਸਿਆ ਹੈ ਸ਼੍ਰੀ ਮੁਖਸਰ ਸਾਹਿਬ ਵਿਖੇ ਅੱਜ ਦੂਰਦਰਸ਼ਨ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਬਜਟ ਵਿੱਚ ਨਵੀਆਂ ਸੰਤਾ ਲਗਾਉਣ ਵੱਲ ਖਾਸ ਧਿਆਨ ਦਿੱਤਾ ਗਿਆ ਹੈ ਜਿਸ ਨਾਲ ਨੌਕਰੀਆਂ ਦੇ ਮੌਕੇ ਵਧਣਗੇ ਅਤੇ ਆਰਥਚਾਰੇ ਨੂੰ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ ਡਾਕਟਰ ਰਾਜੂ ਨੇ ਕਿਹਾ ਕਿ ਸਮਾਜ ਦੀ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਅੰਮ੍ਰਿਤ ਕਾਲ ਦਾ ਇਹ ਪਹਿਲਾ ਬਜਟ ਤਿਆਰ ਕੀਤਾ ਗਿਆ ਹੈ ਡਾਕਟਰ ਜਗਮੋਨ ਸਿੰਘ ਰਾਜੂ ਨੇ ਭਗਵੰਤ ਮਾਨ ਸਰਕਾਰ ਦੇ ਕੇਂਦਰ ਦੀਆਂ ਵੱਖ-ਵੱਖ ਸਕੀਮਾਂ ਨੂੰ ਪੰਜਾਬ ਵਿੱਚ ਲਾਗੂ ਕਰਨ ਬਾਰੇ ਅੜਿੱਕੇ ਪੈਦਾ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਤਰ੍ਹਾਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਲੋਕਾਂ ਤੱਕ ਨਹੀਂ ਪੁੱਛ ਰਿਹਾ ਇੱਕ ਜ਼ਿੰਮੇਵਾਰ ਚੀਫ ਮਿਨਿਸਟਰ ਨੂੰ ਉਹਦੀ ਇੱਕ ਡਿਊਟੀ ਬਣਦੀ ਹੈ ਕਿ ਆਪਣੇ ਜਿਹੜੇ ਸਿਟੀਜ਼ਨਸ ਨੇ ਜਿਹੜੇ ਨਾਗਰਿਕ ਨੇ ਪੰਜਾਬ ਦੇ ਪੰਜਾਬੀ ਭਰਾਣ ਭਰਾਵਾਂ ਨੇ ਉਹਨਾਂ ਨੂੰ ਇਹ ਦੱਸਣਾ ਕਿ ਵੀ ਇਹ ਬਜਟ ਜਿਹੜਾ ਆਇਆ ਹੈ ਇਸ ਬਹੁਤ ਹੀ ਪ੍ਰੋਗਰੈਸਿਵ ਬਜਟ ਆਇਆ ਹੈ ਇਹ ਨੌਜਵਾਨੇ ਦੇ ਹੱਕ ਦੇ ਵਿੱਚ ਇੱਕ ਬਜਟ ਹੈ ਇਹ ਨੌਕਰੀਆਂ ਨੂੰ ਵਿਧਾਨ ਦੇ ਹੱਕ 'ਚ ਇਹ ਬਜਟ ਹੈ ਇਹ ਇਨਫਰਾਸਟ੍ਰਕਚਰ ਨੂੰ ਅੱਛਾ ਕਰਨ ਲਈ ਇਹ ਬਜਟ ਹੈ ਇਹ ਇੰਡਸਟਰੀ ਨੂੰ ਹੋਰ ਅੱਗੋਂ ਪ੍ਰੋਸਪਰ ਕਰਨ ਲਈ ਇਹ ਬਜਟ ਹੈ ਇਹ ਐਗਰੀਕਲਚਰ ਨੂੰ ਸਿੱਧੇ ਰਸਤੇ ਪਾਣ ਔਰ ਫਾਰਮਰਸ ਦੀ ਇਨਕਮ ਨੂੰ ਵਿਧਾਨ ਵਾਲਾ ਇਹ ਇੱਕ ਪ੍ਰੋਗਰੈਸਿਵ ਬਜਟ ਹੈ ਇਹ ਗੱਲ ਦੱਸਣ ਦੀ ਜ਼ਰੂਰਤ ਹੈ ਪਰ सीएम ਸਾਹਿਬ ਜਾਣ ਬੁਝ ਕੇ ਭਗਵੰਤ ਮਾਨ ਜੀ ਆਪਣਾ ਇੱਕ ਸਵਾਰਥ ਸਿੱਧ ਕਰਨ ਦੇ ਲਈ ਔਰ ਇਹ ਬਹੁਤ ਮਾੜੀ ਗੱਲ ਹੈ ਕਿ ਪਹਿਲਾਂ ਵੀ ਜਿੰਨੀਆਂ ਵੀ ਬਜਟ ਦੇ ਵਿੱਚ ਸਕੀਮਾਂ ਆਉਂਦੀਆਂ ਨੇ ਇਹ ਥੱਲੇ ਸਕੀਮਾਂ ਆਪਣੇ ਪਿੰਡਾਂ ਤੱਕ ਪਹੁੰਚ ਨਹੀਂ ਦਿੰਦੇ ਗਰੀਬਾਂ ਤੱਕ ਪਹੁੰਚ ਨਹੀਂ ਦਿੰਦੇ ਐਸਸੀ ਭੈਣਾ ਭਰਾਵਾਂ ਤੱਕ ਪਹੁੰਚ ਨਹੀਂ ਦਿੰਦੇ ਸਿਰਫ ਇੱਕੋ ਇੱਕ ਕਾਰਨ ਕਿ ਜੀ ਅਸੀਂ ਮੋਦੀ ਜੀ ਨੂੰ ਬਦਨਾਮ ਕਰਨਾ ਹੈ ਐਸੀ ਰਾਜਨੀਤੀ ਨੂੰ ਸਾਨੂੰ ਟੋਟਲੀ ਰਿਜੈਕਟ ਕਰਨਾ ਚਾਹੀਦਾ ਹੈ ਲੁਧਿਆਣਾ ਦੀ ਅਦਾਲਤੀ ਕੰਪਲੈਕਸ ਦੇ ਬਾਹਰ ਆਚ ਦੋ ਗੁੱਟਾਂ ਵਿੱਚ ਹੋਈ ਗੋਲੀਬਾਰੀ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸਿਆ ਜਾਂਦਾ ਹੈ ਕਿ ਹਿਮਾਂਸ਼ੂ ਨਾਮ ਦਾ ਇੱਕ ਨੌਜਵਾਨ ਆਪਣੇ ਸਾਥੀ ਨਾਲ ਇੱਕ ਅਪਰਾਧਿਕ ਮਾਮਲੇ ਵਿੱਚ ਪੇਸ਼ੀ ਪੁੱਕਤ ਆਇਆ ਸੀ ਉਸ ਦੇ ਵਿਰੋਧੀਆਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਹਿਮਾਂਸ਼ੂ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਭਾਰਤੀ ਸੰਤਾ ਪਾਰਟੀ ਦੀ ਸਿਨੇ ਰਗੁਵਤੀ ਜਲੰਧ ਸ਼ਹਿਰ ਦੇ ਸਾਬਕਾ ਮੇਅਰ ਸੁਨੀਲ ਜੀਉਤੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿੱਚ ਜ਼ੀਰੇ ਇਲਾਜ ਸਨ ਹਿਮਾਚਲ ਪ੍ਰਦੇਸ਼ ਅਸੈਂਬਲੀ ਚੋਣਾਂ ਦੌਰਾਨ ਪ੍ਰਚਾਰ ਕਰਨ ਵੇਲੇ ਵੀ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਸੰਬੰਧੀ ਸਮੱਸਿਆ ਆਈ ਸੀ ਜਿਸ ਮਗਰੋਂ ਉਨ੍ਹਾਂ ਨੂੰ ਜਲੰਧਰ ਵਾਪਸ ਲਿਆ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਹ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸਨ ਸੁਨੀਲ ਜੋਤੀ ਦਾ ਅੰਤਿਮ ਸੰਸਕਾਰ ਪਲਕੇ ਕੀਤਾ ਜਾਵੇਗਾ ਖੇਤੀ ਵਿਰਾਸਤ ਮਿਸ਼ਨ ਫਰੀਦਕੋਟ ਅਤੇ ਕੇ ਕੇ ਬਿਰਲਾ ਮੈਮੋਰੀਅਲ ਸੁਸਾਇਟੀ ਦੇ ਸਹਿਯੋਗ ਨਾਲ ਪਟਿਆਲਾ ਜ਼ਿਲ੍ਹੇ ਦੇ ਕਨੌਰ ਬਲਾਕ ਦੇ ਪਿੰਨਾ ਵਿੱਚ ਕੁਦਰਤੀ ਖੇਤੀ ਸਬੰਧੀ ਜਾਗਰੂਕਤਾ ਲਈ ਚੇਤਨਾ ਯਾਤਰਾ ਸ਼ੁਰੂ ਕੀਤੀ ਗਈ ਹੈ ਜ਼ਿਲ੍ਹਾ ਕੋਆਰਡੀਨੇਟਰ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਚੇਤਨਾ ਯਾਤਰਾ ਦੌਰਾਨ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਕਿਸਾਨੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜ਼ਰੂਰਤ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੁਦਰਤੀ ਸਾਧਨਾਂ ਰਾਹੀਂ ਕੱਢਣ ਸੰਬੰਧੀ ਚਰਚਾ ਕਰਨ ਤੋਂ ਇਲਾਵਾ ਉਨ੍ਹਾਂ ਕੇਸਤਾਨਾ ਦੇ ਵਿਚਾਰ ਲਈ ਜਾਣਗੇ ਜਿਨ੍ਹਾਂ ਪ੍ਰਾਲੀ ਨੂੰ ਅੱਗ ਨਾ ਲਗਾ ਕੇ ਇਸ ਨੂੰ ਖੇਤਾਂ ਵਿੱਚ ਹੀ ਮਿਲਾਇਆ ਵਜਰਾ ਕੋਰਵਲੋਂ 93ਵੀਂ ਇੰਟਰ ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਦੀ ਅੱਜ ਜਲੰਧਰ ਕੈਂਟ ਦੇ ਕਟੋਤ ਸਟੇਡੀਅਮ ਵਿੱਚ ਸ਼ੁਰੂਆਤ ਹੋਈ ਉਦਗਾਟਨੀ ਸਮਾਗਮ ਦੌਰਾਨ ਟੀਮਾਂ ਵੱਲੋਂ ਸ਼ਾਨਦਾਰ ਮਾਰਚ ਪਾਸ ਤੋਂ ਬਾਅਦ ਸੌ ਚੁੱਕੀ ਗਈ 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਜਲ ਸੈਨਾ ਟੀਮ ਦੇ ਅਧਿਕਾਰੀ ਯੁਗਰਾਜ ਵੱਲੋਂ ਖਿਡਾਰੀਆਂ ਨੂੰ ਸੌ ਚੁਕਾਈ ਗਈ ਇਸ ਮੌਕੇ ਤੇ ਸੰਬੋਧਨ ਕਰਦਿਆਂ ਵਜਰਾ ਕੋੜ ਦੇ ਚੀਫ ਆਫ ਸਟਾਫ ਮੇਜਰ ਜਨਰਲ ਵਿਕਾਸ ਸੈਣੀ ਨੇ ਖਿਡਾਰੀਆਂ ਨੂੰ ਆਪਣੀ ਮਿਸਾਲੀ ਖੇਡ ਦਾ ਪ੍ਰਦਰਸ਼ਨ ਕਰਨ ਅਤੇ ਖੇਡਾਂ ਦੀਆਂ ਉੱਚ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰੇਰਿਆ ਚੈਂਪੀਅਨਸ਼ਿਪ ਦਾ ਉਤਕਾਰਨੀ ਮੈਚ ਇੰਡੀਅਨ ਆਰਮੀ ਰੈੱਡ ਅਤੇ ਇੰਡੀਅਨ ਆਰਮੀ ਗ੍ਰੀਨ ਵਿਚਕਾਰ ਖੇਡਿਆ ਗਿਆ ਆਰਮੀ ਰੈੱਡ ਨੇ ਇਹ ਮੈਚ 4-1 ਦੇ ਸਕੋਰ ਨਾਲ ਜਿੱਤਿਆ ਆਰਮੀ ਰੈੱਡ ਦੇ ਜਗਜੋਤ ਸਿੰਘ ਨੇ ਹੈਟਟ੍ਰਿਕ ਬਣਾਈ ਚੈਂਪੀਅਨਸ਼ਿਪ ਦਾ ਫਾਈਨਲ ਮੈਚ 10 ਫਰਵਰੀ ਨੂੰ ਖੇਡਿਆ ਜਾਵੇਗਾ। ਮੱਧ ਪ੍ਰਦੇਸ਼ ਵਿੱਚ ਚੱਲ ਰਹੀਆਂ ਖੇਲੋ ਇੰਡੀਆ ਯੁਵਾ ਖੇਲਾਂ ਵਿੱਚ ਮਹਾਰਾਸ਼ਟਰ 28 ਸੋਨ ਤਮਗਿਆਂ ਨਾਲ ਮੈਡਲ ਸੂਚੀ ਵਿੱਚ ਸਭ ਤੋਂ ਉੱਪਰ ਬਣਿਆ ਹੋਇਆ ਹੈ। ਮਹਾਰਾਸ਼ਟਰ ਨੇ ਚਾਂਦੀ ਦੇ 30 ਅਤੇ ਕਾਂਸੀ ਦੇ 25 ਤਮਗਿਆਂ ਨਾਲ ਕੁੱਲ 83 ਤਮਗੇ ਜਿੱਤੇ ਨੇ। ਹਰਿਆਣਾ ਅਤੇ ਮੱਧ ਪ੍ਰਦੇਸ਼ 23-23 ਸੋਨ ਤਮਗੇ ਜਿੱਤ ਕੇ ਦੂਜੀ ਅਤੇ ਤੀਜੀ ਥਾਂ ਤੇ ਬਣੇ ਹੋਏ ਨੇ। ਰਾਜਸਥਾਨ ਚੌਥੀ ਝਟਕੀ ਉੜੀਸ਼ਾ ਪੰਜਵੀਂ ਥਾਂ ਤੇ ਚੱਲ ਰਹੀ ਹੈ ਕੱਲ ਤਾਮਿਲਨਾਡੂ ਅਤੇ ਮਹਾਰਾਸ਼ਟਰ ਦੇ ਖਿਡਾਰੀਆਂ ਨੇ ਭਾਰ ਚੁੱਕਣ ਦੇ ਮੁਕਾਬਲੇ ਵਿੱਚ ਨਵੇਂ ਰਿਕਾਰਡ ਸਥਾਪਿਤ ਕਰਕੇ ਸੋਨ ਤਮਗੇ ਹਾਸਲ ਕੀਤੇ ਤਾਮਿਲਨਾਡੂ ਦੇ ਤਨੁਸ਼ ਐਲ ਨੇ 192 ਜਦਕੀ ਮਹਾਰਾਸ਼ਟਰ ਦੀ ਵੀਨਾ ਤਾਈ ਨੇ 129 ਕਿਲੋਗ੍ਰam ਭਾਰ ਚੁੱਕ ਕੇ ਨਵੇਂ ਰਿਕਾਰਡ ਬਣਾਏ ਖਬਰਾਂ ਤੇ ਬ੍ਰਿਟਨ ਸਾਰੀ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਤੇ ਬ੍ਰਿਟਨ ਦੇ ਅਖੀਰ ਵਿੱਚ ਚੁਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਸੰਸਦਾਲ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਹਰ ਬਜਟ ਵਿੱਚ ਗਰੀਬਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਗਈ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰاج ਸਿੰਘ ਠਾਕੁਰ ਅਨੁਸਾਰ ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ ਹਾਲੇ ਤੱਕ 1100 ਤੋਂ ਵੱਧ ਫਰਜ਼ੀ ਖਬਰਾਂ ਸੰਬੰਧੀ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਭਾਜੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼wini ਸ਼ਰਮਾ ਨੇ ਸੂਬਾ ਸਰਕਾਰ ਤੇ ਕੇਂਦਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਨਾ ਪਹੁੰਚਾਉਣ ਦਾ ਲਾਇਆ ਦੋਸ਼। ਤੇ 69ਵੀਂ ਇੰਟਰ ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਜਲੰਧਰ ਕੈਂਟ ਦੇ ਕਟੋਟ ਸਟੇਡੀਅਮ ਵਿੱਚ ਹੋਈ ਸ਼ੁਰੂ ਤੇ ਦਿਨਾਰੀ ਖਬਰਾਂ ਦਾ ਬਲੈਟਨ ਖਤਮ ਹੋਇਆ ਜੀ ਜਸਾਦਿਓ ਨਮਸਕਾਰ